ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਤੁਹਾਡੇ ਲਈ ਭਰਤੀ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਆਇਆ ਅਧੀਨ ਸੇਵਾਵਾਂ ਚੋਣ ਬੋਰਡ ਯਾਨੀ ਕਿ PSSSB ਵੱਲੋਂ। ਦੋਸਤੋ, PSSSB ਵੱਲੋਂ ਇਸ਼ਤਿਹਾਰ ਜਿਹੜਾ 3/2024 ਜਾਰੀ ਕਰ ਦਿੱਤਾ ਗਿਆ। ਇਸ਼ਤਿਹਾਰ 3/2024 ਦੇ ਵਿੱਚ ਦੋਸਤੋ ਗਰੁੱਪ ਬੀ ਦੀ ਭਰਤੀ ਆਊਟ ਹੋਈ ਹੈ। ਗਰੁੱਪ ਬੀ ਦੇ ਵਿੱਚ ਜੂਨੀਅਰ ਇੰਜੀਨੀਅਰ ਯਾਨੀ ਕਿ JEE ਦੀ ਭਰਤੀ ਆਊਟ ਹੋਈ ਹੈ। ਦੋਸਤੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ 2024 ਦੇ ਵਿੱਚ PSSSB ਨੇ ਕਾਫੀ ਸਾਰੀ ਭਰਤੀਆਂ ਨਵੀਆਂ ਕੱਢਣੀਆਂ ਨੇ, ਜਿਹਦੇ ਵਿੱਚ ਪਟਵਾਰੀ ਦੀ ਭਰਤੀ ਵੀ ਹੈ ਤੇ ਪਟਵਾਰੀ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਥੋੜੇ ਦਿਨਾਂ 'ਚ ਦੇਖਣ ਨੂੰ ਮਿਲ ਜਾਊਗਾ। ਆਪਣੀ ਤਿਆਰੀ ਕਰਦੇ ਰਹੋ ਦੋਸਤੋ। ਉਸ ਤੋਂ ਬਾਅਦ ਕਲਰਕ ਦੇ ਵੀ ਨੋਟੀਫਿਕੇਸ਼ਨ ਆਉਣੇ ਆ, ਠੀਕ ਹੈ। ਕਾਫੀ ਤਰ੍ਹਾਂ ਦੀਆਂ ਵੱਖ ਵੱਖ ਪੋਸਟਾਂ PSSB ਦੇ ਥਰੂ ਇਸ ਵਾਰ ਆਉਣੀਆਂ ਨੇ। ਤੇ ਦੋਸਤੋ, ਇਹ ਜਿਹੜੇ ਰੱਖੇ ਜਾਣੇ ਆ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੀਆਂ ਪੋਸਟਾਂ ਨੇ, ਤੇ ਇਹ ਰੱਖੇ ਜਾਣੇ ਆ ਡਾਇਰੈਕਟੋਰੇਟ ਆਫ ਨਗਰ ਐਂਡ ਗ੍ਰਾਮ ਯੋਜਨਾਬੰਦੀ ਵਿਭਾਗ, ਯਾਨੀ ਕਿ ਅੰਗਰੇਜ਼ੀ ਦੇ ਵਿੱਚ ਗੱਲ ਕਰੀਏ ਤਾਂ ਟਾਊਨ ਐਂਡ ਵਿਲੇਜ ਪਲੈਨਿੰਗ ਡਿਪਾਰਟਮੈਂਟ, ਠੀਕ ਹੈ ਜੀ। ਤਾਂ ਇਸ ਡਿਪਾਰਟਮੈਂਟ ਦੇ ਵਿੱਚ ਜਿਹੜੇ JEE ਰੱਖੇ ਜਾਣੇ ਆ ਉਹ 23 JEE ਰੱਖੇ ਜਾਣੇ ਆ, 23 ਪੋਸਟਾਂ ਹੈਗੀਆਂ ਜੀ। ਉਸ ਤੋਂ ਬਾਅਦ ਗਰੁੱਪ ਬੀ ਦੀਆਂ ਪੋਸਟਾਂ ਨੇ, ਦੈਨ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਯਾਨੀ ਕਿ ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ JEE ਰੱਖੇ ਜਾਣੇ ਆ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੇ ਰੱਖੇ ਜਾਣੇ ਆ, ਉਹ 70 ਅਸਾਮੀਆਂ ਹੈਗੀਆਂ ਜੀ। 70 ਜਿਹੜੇ JEE ਰੱਖੇ ਜਾਣੇ ਆ, ਤੇ ਇਹਦੇ ਸੰਬੰਧੀ ਦੋਸਤੋ 26/2/2024 ਤੋਂ ਜਿਹੜੇ ਆਨਲਾਈਨ ਐਪਲੀਕੇਸ਼ਨ ਫਾਰਮ ਜਿਹੜੇ ਸ਼ੁਰੂ ਹੋ ਜਾਣਗੇ PSSB ਦੀ ਸਾਈਟ ਤੋਂ ਅਪਲਾਈ ਹੋਣੇ, ਤੇ ਇਹਦੇ ਸੰਬੰਧੀ ਜਿਹੜਾ ਡਿਟੇਲਡ ਨੋਟੀਫਿਕੇਸ਼ਨ ਆ ਉਹ ਕੱਲ੍ਹ ਤੱਕ ਯਾਨੀ ਕਿ 22 ਫਰਵਰੀ 2024 ਤੱਕ ਬੋਰਡ ਦੀ ਵੈਬਸਾਈਟ ਤੇ ਦੇਖਣ ਨੂੰ ਮਿਲ ਜਾਊਗਾ, ਬੋਰਡ ਦੀ ਵੈਬਸਾਈਟ ਤੇ ਅਪਲੋਡ ਹੋ ਜਾਏਗਾ, ਠੀਕ ਹੈ ਜੀ। ਇਸ ਸੰਬੰਧੀ ਤੁਸੀਂ ਲਗਾਤਾਰ ਆਪਣੀ ਮਿਹਨਤ ਕਰਦੇ ਰਹੋ, ਕਿਉਂਕਿ ਅੱਗੇ ਹੋਰ ਵੀ ਪੋਸਟਾਂ ਆ ਰਹੀਆਂ ਨੇ, ਜੇ ਕਿਸੇ ਇੱਕ 'ਚ ਨਹੀਂ ਬਣਿਆ ਤਾਂ ਦੂਜੇ 'ਚ ਬਣ ਜਾਊਗਾ। ਇਸ ਕਰਕੇ ਆਪਣੀ ਕੰਟੀਨਿਊਟੀ ਬਣਾ ਕੇ ਰੱਖੋ, ਤਿਆਰੀ ਕਰਦੇ ਰਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।